ਯੀਸ਼ੂ ਹੀ ਸਹਿ ਮਸੀਹ ਹੈ ਜਿਸ ਮਸੀਹ ਦਾ ਵਾਇਦਾ ਪਰਮੇਸ਼ਰ ਕੀਤਾ ਹੈ। ਜਲ ਪਰਮੇਸ਼ਰ ਸੰਸਾਰੇ ਜੋ ਬਣਾਇਆ ਤਾਂ ਸਾਰਾ ਕੁਛ ਖਰਾ ਥਾ, ਕੰਨੇ ਕੋਈ ਪਾਪ ਨਹੀਂ ਥਾ। ਆਦਮ ਕੰਨੇ ਹਵਾ ਇੱਕ ਦੂਜੇ ਜੋ ਪਿਆਰ ਕਰਦੇ ਥੇ, ਕੰਨੇ ਸਹਿ ਪਰਮੇਸ਼ਰ ਨੇ ਪਿਆਰ ਕਰਦੇ ਥੇ। ਕੋਈ ਬਿਮਾਰੀ ਜਾਂ ਮੌਤ ਨਹੀਂ ਥੀ। ਪਰਮੇਸ਼ਰ ਇਹ ਹੀ ਸੰਸਾਰੇ ਜੋ ਚਾਹੁੰਦਾ ਥਾ। ਸ਼ੈਤਾਨੇ ਸੱਪੇ ਦੇ ਜ਼ਰੀਏ ਬਾਗੇ ਚ ਹਵਾ ਨੇ ਗੱਲ ਕੀਤੀ, ਕਜੋ ਕਿ ਸਹਿ ਉਸ ਨੂੰ ਧੋਖਾ ਦੇਣਾ ਚਾਹੁੰਦਾ ਥਾ। ਤਾਲੂ ਹਵਾ ਕੰਨੇ ਆਦਮੇ ਪਰਮੇਸ਼ਰ ਖਿਲਾਫ ਪਾਪ ਕੀਤਾ, ਕਜੋ ਕਿ ਉਹਨਾਂ ਪਾਪ ਕੀਤਾ ਥਾ। ਇਸ ਤਾਈ ਧਰਤੀ ਪਰ ਰਹਿਣੇ ਵਾਲੇ ਸਾਰੇ ਜਣੇ ਮਰਦੇ ਨ, ਕਜੋ ਕਿ ਆਦਮ ਕੰਨੇ ਹਵਾ ਪਾਪ ਕੀਤਾ ਥਾ। ਇਸ ਤਾਈ ਕੁਛ ਔਰ ਵੀ ਬੁਰਾ ਹੋਇਆ, ਸਹਿ ਪਰਮੇਸ਼ਰ ਦੇ ਦੁਸ਼ਮਣ ਬਣੀ ਗਏ, ਜਿਹਦੀਆਂ ਵਜ੍ਹਾ ਨੇ ਤਾਲੂ ਲਾ ਹਰ ਇੱਕ ਜਣੇ ਪਾਪ ਕੀਤਾ ਹੈ। ਹਰ ਇੱਕ ਜਣਾ ਜਨਮ ਲਾ ਹੀ ਪਰਮੇਸ਼ਰ ਦਾ ਦੁਸ਼ਮਣ ਹੈ। ਪਰਮੇਸ਼ਵਰ ਕੰਨੇ ਲੋਕਾਂ ਵਿੱਚ ਸ਼ਾਂਤੀ ਨਹੀਂ ਥੀ, ਪਰ ਪਰਮੇਸ਼ਵਰ ਸ਼ਾਂਤੀ ਕਰਨਾ ਚਾਹੁੰਦਾ ਥਾ। ਪਰਮੇਸ਼ਵਰ ਵਾਇਦਾ ਕੀਤਾ ਕਿ ਹਵਾ ਦੇ 21 ਬੰਚੇ ਸ਼ੈਤਾਨੇ ਦੇ ਸਿਰੇ ਜੋ ਗਰੇਚਣਾ। ਉਨੀ ਇਹ ਵੀ ਬੋਲਿਆ ਕਿ ਸ਼ੈਤਾਨੇ ਉਦੀਆ ਏੜੀਆ ਜੋ ਦੱਸਣਾ, ਦੂਜੇ ਅੱਖਰਾਂ ਚ ਸ਼ੈਤਾਨੇ ਮਸੀਹ ਜੋ ਮਾਰੀ ਦੇਣਾ, ਪਰ ਪਰਮੇਸ਼ਰ ਉਸਿਓ ਦੁਬਾਰਾ ਲਾ ਜਿੰਦਾ ਕਰੀ ਦੇਣਾ। ਇਹਦੇ ਬਾਅਦ ਮਸੀਹ ਸ਼ੈਤਾਨੇ ਦੀਆਂ ਸ਼ਕਤੀਆਂ ਜੋ ਹਮੇਸ਼ਾ ਤਾਈ ਮੁਕਾਈ ਦੇਣਾ। ਕਈ ਸਾਲਾਂ ਬਾਅਦ ਪਰਮੇਸ਼ਰ ਪ੍ਰਗਟ ਕੀਤਾ ਕਿ ਸਹਿ ਮਸੀਹ ਯੀਸ਼ੂ ਹੈ। ਪਰਮੇਸ਼ਰ ਉਸਾ ਬਾੜਾ ਲਾ ਆਪਣੇ ਪਰਿਵਾਰੇ ਜੋ ਬਚਾਇਆ। ਪਰਮੇਸ਼ਰ ਨੂੰ ਜੋ ਇੱਕ ਕਿਸ਼ਤੀ ਬਣਾਉਣੇ ਤਾਈ ਬੋਲਿਆ ਕਿ ਇਹ ਕਰੀ ਪਰਮੇਸ਼ਰ ਉਹਨਾਂ ਲੋਕਾਂ ਜੋ ਬਚਾਇਆ ਜਿਹੜੇ ਉਸ ਪਰ ਭਰੋਸਾ ਕਰਦੇ ਥੇ। ਬਾਕੀ ਸਾਰੇ ਦੇ ਸਾਰੇ ਪਰਮੇਸ਼ਰ ਦੇ ਹੱਥੇ ਮਾਰੀ ਦੇਣੇ ਦੇ ਕਾਬਿਲ ਥੇ, ਕਜੋ ਕਿ ਉਹਨਾਂ ਪਾਪ ਕੀਤਾ ਥਾ। ਪਰ ਪਰਮੇਸ਼ਰ ਉਹਨਾਂ ਸਾਰਿਆਂ ਜੋ ਬਚਾਉਣੇ ਤਾਈ ਯੀਸ਼ੂ ਜੋ ਭੇਜਿਆ ਜਿਹੜੇ ਉਸ ਪਰ ਭਰੋਸਾ ਕਰਦੇ ਨ। ਮਤੀਆਂ ਸਾਲਾਂ ਬਾਅਦ ਜਾਚਕ ਪਰਮੇਸ਼ਰ ਤਾਈ ਬਲੀਦਾਨ ਚੜਾਉਂਦੇ ਰਹੇ। ਇਹ ਦਰਸਾਉਂਦਾ ਹੈ ਕਿ ਲੋਕਾਂ ਪਾਪ ਕੀਤਾ, ਪਰ ਸਹਿ ਬਲੀਦਾਨ ਉਹਨਾਂ ਦੇ ਪਾਪਾਂ ਜੋ ਮਾਫ ਨਹੀਂ ਕਰੀ ਸਕਿਓ ਥੇ। ਯੀਸ਼ੂ ਸਾਰਿਆਂ ਲਾ ਬੜਾ ਮਹਾਜਾਚਕ ਹੈ। ਉਨੀ ਸਹਿ ਕੀਤਾ ਜਿਹੜਾ ਕੋਈ ਜਾਚਕ ਨਹੀਂ ਕਰੀ ਸਕਦਾ ਥਾ। ਉਨੀ ਬਲੀਦਾਨ ਹੋਣੇ ਤਾਈ ਆਪਣੇ ਆਪ ਜੋ ਦੇਈ ਦਿੱਤਾ, ਜਿਹੜਾ ਹਰ ਕੁਸੀ ਦੇ ਪਾਪਾਂ ਜੋ ਮਿਟਾਈ ਸਕਦਾ ਥਾ। ਉਨੀ ਸਵੀਕਾਰ ਕੀਤਾ ਕਿ ਪਰਮੇਸ਼ਰ ਉਹਨਾਂ ਸਾਰਿਆਂ ਦੇ ਪਾਪਾਂ ਤਾਈ ਉਸ ਨੂੰ ਸਜ਼ਾ ਦੇ। ਇਸਾ ਵਜ੍ਹਾ ਨੇ ਯੀਸ਼ੂ ਸਿੱਧ ਮਹਾਜਾਚਕ ਥਾ। ਪਰਮੇਸ਼ਰ ਅਬਰਾਹਮ ਨੇ ਬੋਲਿਆ, ਮੈਂ ਤੇਰੇ ਜ਼ਰੀਏ ਸੰਸਾਰੇ ਦੇ ਸਾਰੇ ਕੁਲਾਂ ਜੋ ਆਸ਼ੀਸ਼ ਦੇਣੀ। ਯੀਸ਼ੂ ਇਸੀ ਅਬਰਾਹਮ ਦਾ ਵੰਸ਼ਜ ਥਾ। ਪਰਮੇਸ਼ਰ ਅਬਰਾਹਮ ਦੇ ਜ਼ਰੀਏ ਸਾਰੇ ਕੁਲਾਂ ਜੋ ਆਸ਼ੀਸ਼ ਦਿੰਦਾ ਹੈ, ਕਜੋ ਕਿ ਜਿਹੜੇ ਯੀਸ਼ੂ ਪਰ ਭਰੋਸਾ ਕਰਦੇ ਨ, ਪਰਮੇਸ਼ਰ ਉਹਨਾਂ ਸਾਰਿਆਂ ਜੋ ਪਾਪਾਂ ਲਾ ਬਚਾਉਂਦਾ ਹੈ। ਜਾਲੂ ਇਹ ਲੋਕ ਯੀਸ਼ੂ ਪਰ ਭਰੋਸਾ ਕਰਦੇ ਨ, ਤਾਂ ਪਰਮੇਸ਼ਰ ਉਹਨਾਂ ਜੋ ਅਬਰਾਹਮ ਦੇ ਵੰਸ਼ਜ ਮੰਨਦਾ ਹੈ। ਪਰਮੇਸ਼ਰ ਅਬਰਾਹਮ ਜੋ ਬੋਲਿਆ ਕਿ ਸਹਿ ਆਪਣੇ ਪੁੱਤਰੇ ਜੋ ਮੇਰੇ ਤਾਈ ਬਲੀਦਾਨ ਕਰੀ ਦੇ,
ਪਰ ਫਿਰ ਪਰਮੇਸ਼ਰੇ ਇਸ ਹੱਕ ਦੇ ਬਦਲੇ ਚ ਬਲੀ ਕਰਨ ਤਾਈ ਇੱਕ ਮੇਮਣਾ ਦਿੱਤਾ। ਅਸਾਂ ਸਾਰੇ ਆਪਣੇ ਪਾਪਾਂ ਤਾਈ ਮਾਰੀ ਦੇਣੇ ਦੇ ਕਾਬਿਲ ਥੇ, ਪਰ ਪਰਮੇਸ਼ਰ ਸਾੜੀਆਂ ਜਗ੍ਹਾ ਪਰ ਮਰਨੇ ਤਾਈ ਜੀਸ਼ੂ ਜੋ ਬਲੀਦਾਨ ਦੇ ਰੂਪੇ ਚ ਦੇ ਦਿੱਤਾ। ਇਸਾ ਵਜ੍ਹਾ ਲਾ ਅਸਾਂ ਜੀਸ਼ੂ ਜੋ ਪਰਮੇਸ਼ਰੇ ਦਾ ਮੇਮਣਾ ਬੋਲਦੇ ਨ। ਜਲੂ ਪਰਮੇਸ਼ਰੇ ਮਿਸਰ ਦੇਸ਼ੇ ਪਰ ਆਖਰੀ ਵਿਪਤੀ ਭੇਜੀ ਤਾਂ ਉਨੀ ਹਰ ਇੱਕ ਇਜ਼ਰਾਈਲੀ ਪਰਿਵਾਰੇ ਨੇ ਬੋਲਿਆ ਕਿ ਸੈ ਇੱਕ ਮੇਮਣੇ ਦੀ ਬਲੀ ਦੇਣ, ਉਸ ਮੇਮਣੇ ਚ ਕੋਈ ਦੋਸ਼ ਨਹੀਂ ਹੋਣਾ ਚਾਹੀਦਾ। ਤਾਲੂ ਆਪਣੇ ਦਰਵਾਜੇ ਦੀਆਂ ਚੌਕਟਾਂ ਦੇ ਉੱਪਰ ਕੰਨੇ ਅੱਖੇ ਬੱਖੇ ਉਸ ਮੇਮਣੇ ਦੇ ਖੂਨੇ ਜੋ ਲਗਾਨਿਓ। ਜਲੂ ਪਰਮੇਸ਼ਰੇ ਉਸ ਖੂਨੇ ਜੋ ਦਿਖਿਆ ਤਾਂ ਸੈ ਉਹਨਾਂ ਦੇ ਘਰਾਂ ਲਾ ਅੱਗੇ ਵਧੀ ਗਿਆ, ਕੰਨੇ ਉਹਨਾਂ ਦੇ ਪਹਿਲੋਠੇ ਪੁੱਤਰੇ ਜੋ ਨੀ ਮਾਰਿਆ। ਜਲੂ ਇਹ ਹੋਇਆ ਤਾਂ ਪਰਮੇਸ਼ਰ ਇਸਿਓ ਫਸਹ ਦਾ ਤਿਉਹਾਰ ਬੋਲਿਆ। ਜੀਸ਼ੂ ਫਸਹ ਦੇ ਤਿਉਹਾਰੇ ਦੇ ਇੱਕ ਮੇਮਣੇ ਸਹੀ ਹੈ, ਉਨੀ ਕਦੀ ਪਾਪ ਨਹੀਂ ਕੀਤਾ, ਇਸ ਤਾਈ ਉਹਦੇ ਚ ਕੁਛ ਵੀ ਗਲਤ ਨਹੀਂ ਥਾ। ਸੈ ਫਸਹ ਦੇ ਤਿਉਹਾਰੇ ਦੇ ਵਕਤੇ ਪਰ ਮਰਿਆ। ਜਲੂ ਕੋਈ ਜੀਸ਼ੂਏ ਪਰ ਭਰੋਸਾ ਕਰਦਾ ਹੈ, ਤਲ ਜੀਸ਼ੂਏ ਦਾ ਖੂਨ ਉਸ ਮਾਣੂਏ ਦੇ ਪਾਪਾਂ ਦੀ ਕੀਮਤ ਚੁਕਾਉਂਦਾ ਹੈ। ਇਹ ਐਸਾ ਹੈ ਜਿਆਂ ਕਿ ਪਰਮੇਸ਼ਵਰ ਉਸ ਮਾਣੂਏ ਦੇ ਬੱਖੇ ਲਾ ਅੱਗੇ ਵਧੀ ਗਿਆ, ਕਜੋ ਕਿ ਸੈ ਉਸਿਓ ਸਜ਼ਾ ਨਹੀਂ ਦਿੰਦਾ ਹੈ। ਪਰਮੇਸ਼ਵਰ ਇਜ਼ਰਾਈਲੀ ਲੋਕਾਂ ਸੋਗੀ ਇੱਕ ਵਾਇਦਾ ਕੀਤਾ, ਕਜੋ ਕਿ ਸੈ ਐਸੇ ਲੋਕ ਥੇ ਜਿਨ੍ਹਾਂ ਜੋ ਪਰਮੇਸ਼ਵਰ ਆਪਣਾ ਹੋਣੇ ਤਾਈ ਚੁਣਿਆ ਥਾ। ਪਰ ਹੁਣ ਪਰਮੇਸ਼ਵਰ ਇੱਕ ਐਸਾ ਵਾਇਦਾ ਕੀਤਾ ਹੈ ਜਿਹੜਾ ਸਾਰਿਆਂ ਤਾਈ ਹੈ। ਅਗਰ ਕਿਸੇ ਵੀ ਜਾਤੀ ਦਾ ਕੋਈ ਵੀ ਜਣਾ ਇਸ ਨੋਏ ਵਾਇਦੇ ਜੋ ਅਪਣਾਉਂਦਾ ਹੈ ਤਾਂ ਸੈ ਪਰਮੇਸ਼ਰੇ ਦੇ ਲੋਕਾਂ ਚ ਸ਼ਾਮਿਲ ਹੋਈ ਜਾਂਦਾ ਹੈ। ਸੈ ਐਸਾ ਇਸ ਤਾਈ ਕਰਦਾ ਹੈ ਕਜੋ ਕਿ ਸੈ ਜੀਸ਼ੂਏ ਪਰ ਭਰੋਸਾ ਕਰਦਾ ਹੈ। ਮੂਸਾ ਇੱਕ ਐਸਾ ਪਰਮੇਸ਼ਰ ਦਾ ਸੰਦੇਸ਼ ਦੇਣ ਵਾਲਾ ਥਾ ਜਿੰਨੀ ਪਰਮੇਸ਼ਰੇ ਦੇ ਬਚਨੇ ਜੋ ਬੜੇ ਜੋਰੇ ਸ਼ੋਰੇ ਸੋਗੀ ਪ੍ਰਚਾਰ ਕੀਤਾ ਥਾ। ਪਰ ਜੀਸ਼ੂ ਸਾਰੇ ਪਰਮੇਸ਼ਰੇ ਦੇ ਸੰਦੇਸ਼ ਦੇਣ ਵਾਲਿਆਂ ਚ ਸਾਰਿਆਂ ਲਾ ਵੱਡਾ ਹੈ, ਸੈ ਪਰਮੇਸ਼ਰ ਹੈ। ਇਸ ਤਾਈ ਜਿਹੜਾ ਕੁਛ ਵੀ ਉਨੀ ਕੀਤਾ ਕੰਨੇ ਬੋਲਿਆ ਸੈ ਪਰਮੇਸ਼ਰੇ ਦੇ ਕੰਮ ਕੰਨੇ ਬਚਨ ਥੇ। ਇਸੀ ਤਾਈ ਪਵਿੱਤਰ ਸ਼ਾਸਤਰ ਜੀਸ਼ੂਏ ਜੋ ਪਰਮੇਸ਼ਰ ਦਾ ਬਚਨ ਬੋਲਦਾ ਹੈ। ਪਰਮੇਸ਼ਰੇ ਰਾਜਾ ਦਾਊਦੇ ਨੇ ਵਾਇਦਾ ਕੀਤਾ ਥਾ ਕਿ ਰਾਜਾ ਦੇ ਰੂਪ ਚ ਉਹਦਾ ਇੱਕ ਵੰਸ਼ਜ ਪਰਮੇਸ਼ਰੇ ਦੇ ਲੋਕਾਂ ਪਰ ਸਦਾ ਤਾਈ ਸ਼ਾਸਨ ਕਰਨਾ। ਜੀਸ਼ੂਏ ਪਰਮੇਸ਼ਰੇ ਦਾ ਪੁੱਤਰ ਕੰਨੇ ਮਸੀਹ ਹੈ, ਇਸ ਤਾਈ ਸੈ ਰਾਜਾ ਦਾਊਦ ਦਾ ਵੰਸ਼ਜ ਹੈ ਜਿਹੜਾ ਸਦਾ ਤਾਈ ਰਾਜਾ ਕਰੀ ਸਕਦਾ ਹੈ। ਦਾਊਦ ਦਾ ਇਜ਼ਰਾਈਲ ਦਾ ਰਾਜਾ ਥਾ, ਪਰ ਜੀਸ਼ੂ ਸਾਰੇ ਜਗਤ ਦਾ ਰਾਜਾ ਹੈ। ਉਨੀ ਫਿਰੀ ਆਉਣਾ ਕੰਨੇ ਸਦਾ ਤਾਈ ਨਿਆਇ ਕੰਨੇ ਸ਼ਾਂਤੀ ਸੋਗੀ ਆਪਣੇ ਰਾਜਿਆ ਪਰ ਸ਼ਾਸਨ ਕਰਨਾ। ਉਤਪਤੀ ਇੱਕ ਦਾ 3:14-22, ਨਿਰਗਮਨ 12:20-2, ਸ਼ਮੂਏਲ 7, ਇਬਰਾਨੀਓ 3:1-6, 4:14-5-10, 7:1-8-13, 9:11-10,
18 ਲਾ ਪ੍ਰਕਾਸ਼ਿਤ ਵਾਕਿਆ 21 ਲਾ ਇੱਕ ਬਾਈਬਲ ਦੀ ਕਹਾਣੀ।